ਹਾਂਜੀ ਸਵਾਗਤ ਹੈ ਤੁਹਾਡਾ ਅਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਇਹ ਹੈ ਜੀ ਆਪਣੀਆਂ ਪੰਜ ਖਬਰਾਂ ਮੁੱਖ ਜਿਵੇਂ ਕਿ ਆਪਾਂ ਪਿਛਲੇ ਦਿਨੀਂ ਵੀਡੀਓ ਪਾਈ ਸੀ ਕਾਫੀ ਲੋਕਾਂ ਨੇ ਦੇਖੀ ਉਹ ਵਧੀਆ ਵੀਡੀਓ ਚੱਲੀ ਤੇ ਅੱਜ ਦੀ ਵੀਡੀਓ ਜੀ ਇਹ ਪਹਿਲੀ ਖਬਰ ਹੈ ਜੇ ਐਮਆਈ ਨੇ ਲਾਂਚ ਕੀਤਾ ਆਪਣਾ ਵਾਈਟ ਫੋਨ ਐਮਆਈ 8 ਐ ਬਹੁਤ ਸਾਰੀਆਂ ਕੰਪਨੀਆਂ ਹੋਰ ਵੀ ਫੋਨ ਬਣਾਉਂਦੀਆਂ ਨੇ ਪਰ ਇਹਨਾਂ ਦੇ ਪ੍ਰੋਸੈਸਰ ਵਗੈਰਾ ਬਹੁਤ ਚੰਗੇ ਹੁੰਦੇ ਨੇ ਵਧੀਆ ਟੈਕਨੋਲੋਜੀ ਐਮਆਈ ਦੇ ਫੋਨਾਂ ਦੀ ਹੁੰਦੀ ਹੈਗੀ ਜਿਵੇਂ ਕਿ ਇਹ ਫੋਨ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਅਸੀਂ ਤੁਹਾਨੂੰ ਸਪੈਸੀਫਿਕੇਸ਼ਨ ਦੱਸਦੇ ਹਾਂ 12 ਮੈਗਾਪਿਕਸਲ ਇਹਦਾ AI ਕੈਮਰਾ ਜੀ ਹੈ AI ਕੈਮਰਾ ਹੁੰਦਾ ਜਿਹੜਾ ਵਧੀਆ ਕੈਮਰਾ ਹੁੰਦਾ ਤੇ 셀ਫੀ ਕੈਮਰਾ ਜਿਹੜਾ ਮੂਹਰਲਾ ਉਹ 8 ਮੈਗਾਪਿਕਸਲ ਦਾ 5000mAh ਦੀ ਬੈਟਰੀ ਹੈ ਤੇ ਫਾਸਟ ਚਾਰਜਿੰਗ ਹੈ ਜੀ 18W ਤੱਕ ਜਿਹੜਾ ਫਾਸਟ ਚਾਰਜਰ ਉਹ ਸਪੋਰਟ ਕਰਦਾ 5 ਗਰੀਲਾ ਗਲਾਸ 5 ਹੈ ਜੀ ਜਿਹੜਾ ਕਿ ਬਹੁਤ ਵਧੀਆ ਹੁੰਦਾ 2GB 32GB 6500 ਦਾ ਜੀ ਤੇ 3GB 32GB 5000 ਦਾ ਹੈਗਾ ਆ ਸੌਰੀ 7000 ਦਾਗਾ ਮੰਨ ਲਓ 500 ਦਾ ਫਰਕ ਉਹ 6500 ਦਾ 7000 ਤੋਂ ਬਹੁਤ ਵਧੀਆ ਫੋਨ ਆ ਲੈਣਾ ਤੁਸੀਂ ਲੈ ਸਕਦੇ ਹੋ ਹੋਰ ਵੀ ਦੇ ਕਈ ਫੋਨ ਆ ਰਹੇ ਐ ਤੇ ਦੂਜੀ ਖਬਰ ਹੈ ਜੀ ਆਪਣੀ ਕਿ ਦੁਆਬੇ 'ਚ ਜਿਹੜੀ ਡਰੋਨ ਉਡਾਉਣ ਤੇ ਪਾਬੰਦੀ ਲੱਗ ਗਈ ਜਿਹੜਾ ਜਿਵੇਂ ਕਿ ਬਾਰਡਰ ਏਰੀਆ ਤੇ ਜਿਹੜੇ ਪਾਕਿਸਤਾਨ ਵੱਲੋਂ ਡਰੋਨ ਆ ਜਿਹੜੇ ਉੱਡ ਰਹੇ ਸੀ ਇੱਕ ਡਰੋਨ ਕਹਿੰਦੇ ਐ 5 ਤੋਂ 4 ਕਿਲੋ ਜਿਹੜਾ ਕੁਝ ਵੀ ਲਿਆ ਸਕਦਾਗਾ ਜਿਹਦੇ ਨਾਲ ਕਿ ਉਧਰੋਂ ਕਹਿ ਰਹੇ ਆ ਵੀ ਹਥਿਆਰ ਆ ਰਹੇ ਹੈਗੇ ਇਹ ਸ਼ੱਕਾ ਜਿਹੜਾ ਜਤਾਇਆ ਜਾ ਰਿਹਾ ਤੇ ਜਿਹਦੇ ਕਾਰਨ ਹੁਣ ਜੇਕਰ ਕਿਸੇ ਨੇ ਵਿਆਹ ਵਗੈਰਾ ਡਰੋਨ ਉਡਾਉਣਾ ਹੈ ਜਿਹੜਾ ਤਾਂ ਉਹ ਡੀਸੀ ਤੋਂ ਪਰਮਿਸ਼ਨ ਲੈਣੀ ਪਊਗੀ ਤੇ ਜਿਹੜਾ ਕਿ ਸਖਤਾਈ ਕੀਤੀ ਕਿ ਡਰੋਨ ਆ ਜਿਹੜਾ ਉਡਣਾ ਬੰਦ ਹੋ ਜੇ ਮੰਨ ਲਓ ਆਮ ਬੰਦਾ ਵੀ ਹੁਣ ਜਿਹੜਾ ਡਰੋਨ ਨਹੀਂ ਉਡਾ ਸਕਦਾ ਦੋਆਬੇ ਚ ਕਿਹੜਾ ਤੇ ਪੰਦੀ ਲਾ ਦਿੱਤੀ ਗਈ ਹੈ ਸੁਰੱਖਿਆ ਨੂੰ ਲੈ ਕੇ ਅਗਲੀ ਖਬਰ ਹੈ ਜੀ ਵੀ ਜੀਓ ਹੈ ਜਿਹੜਾ ਕਾਲ ਦੇ 6 ਪੈਸੇ ਪ੍ਰਤੀ ਮਿੰਟ ਲਵੇਗਾ ਜਿਵੇਂ ਕਿ 10 ਰੁਪਏ ਦੇ ਰੀਚਾਰਜ ਦੇ ਵਿੱਚ ਉਹਨਾਂ ਨੇ ਕਹਿ ਰਹੇ ਹੈਗੇ ਵੀ ਚਾਹੇ ਮੰਨ ਲਓ 124 ਮਿੰਟ ਆਉਣਗੇ 10 ਰੁਪਏ ਦੇ ਰੀਚਾਰਜ 'ਚ 1GB ਨੈਟ ਵੀ ਉਹ ਨਾਲ ਦੇਣਗੇ 100 ਰੁਪਏ ਦੇ ਰੀਚਾਰਜ 'ਚ 1362 52 ਮਿੰਟ ਆਉਣਗੇ ਤੇ 10GB ਡਾਟਾ ਆਊਗਾ ਤੇ ਜਿੰਨਾ ਟਾਈਮ ਤੁਹਾਡੇ ਦੂਜੇ ਪਲਾਨ ਦੀ ਵੈਲਿਡਿਟੀ ਹੈ ਮੰਨ ਲਓ 399 ਦਾ ਹੁੰਦਾਗਾ ਤਾਂ ਨਵੇਂ ਹੀ ਉਹਨਾਂ ਟਾਈਮ ਹੀ ਹੁੰਦੀ ਰਹੂਗੀ ਪਰ ਜਿਹੜੇ BSNL ਆਈਡੀਆ ਬੋਡਾਫੋਨ ਤੇ Airtel ਇਹਨਾਂ ਤਿੰਨਾਂ ਕੰਪਨੀਆਂ ਦੇ ਮੈਸੇਜ ਆਏ ਨੇ ਕੱਲ੍ਹ ਕਿ ਉਹ ਕਹਿ ਰਿਹਾ ਵੀ ਅਸੀਂ ਕਾਲ ਦਾ ਕੋਈ ਪੈਸਾ ਨਹੀਂ ਲਵਾਂਗੇ ਸਿਰਫ Jio ਹੀ ਲੈ ਰਿਹਾ ਹੈਗਾ ਹੋ ਸਕਦਾ ਹੈ Jio ਵੀ ਫ੍ਰੀ ਕਰ ਦੇ Jio ਤੋਂ Jio ਫ੍ਰੀ ਰਹੂਗਾ ਫੋਨ Jio ਤੋਂ ਜੇਕਰ ਤੁਸੀਂ ਅਦਰ ਨੈਟਵਰਕ ਤੇ ਲਾਉਂਗੇ ਤਾਂ ਉਹਦੇ ਤੁਹਾਨੂੰ 6 ਪੈਸੇ ਪ੍ਰਤੀ ਮਿੰਟ ਕਾਲ ਦੇ ਪੈਣਗੇ ਤੇ ਜਿਹੜਾ ਕਿ ਜਿਵੇਂ ਕਿ ਉਹਨਾਂ ਨੇ 10 ਰੁਪਏ ਦੇ ਰੀਚਾਰਜ 'ਚ 124 ਮਿੰਟ ਕਰਿਆ ਤੇ ਇਸ ਤਰ੍ਹਾਂ ਦੇ ਰੀਚਾਰਜ 'ਉੱਚ 1GB ਡਾਟਾ ਵੀ ਉਹ ਦੇ ਰਹੇ ਹੈਗੇ ਹੋਰ ਕੰਪਨੀ ਕੋਈ ਵੀ ਪੈਸਾ ਜਿਹੜਾ ਨਹੀਂ ਲੈ ਰਹੀ ਸਿਰਫ Jio ਹੀ ਕਹਿ ਰਹੀ ਹੈ ਵੀ ਉਹ ਜਿਹੜੀ ਮਾਲੋ ਟਰਾਈ ਦੇ ਰੂਲ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਲਾਈਨ ਅਪ ਹੋਊਗਾ ਕਿਉਂਕਿ ਉਹਨਾਂ ਦੇ 13500 ਕਰੋੜ ਰੁਪਈਆ ਬਣਿਆ ਪਿਆ ਇਨਕਮਿੰਗ ਕਾਲ ਦਾ ਕਿਉਂਕਿ ਵੀ 60% ਇਨਕਮਿੰਗ ਕਾਲ ਸੀ ਤੇ 38 ਆਊਟgoing ਅਗਲੀ ਨਿਊਜ਼ ਹੈ ਕਸ਼ਮੀਰ 'ਚ ਜਿਹੜਾ ਸਲਾਨੀਆਂ ਨੂੰ ਖੁੱਲ੍ਹ ਦਿੱਤੀ ਗਈ ਹੈ ਐਡਵਾਈਜ਼ਰੀ ਜਿਹੜੀ ਵਾਪਸ ਲੈ ਲਈ ਗਈ ਹੈ ਲਗਭਗ 2 ਟਾਈ ਮਹੀਨਿਆਂ ਦਾ ਸਮਾਂ ਹੋ ਚੁੱਕਿਆ ਸੀ ਇਹ ਤੇ ਕਸ਼ਮੀਰ 'ਚ ਹੋਣਾ ਜਿਹੜੇ ਸਲਾਨੀ ਦੁਬਾਰਾ ਆਉਣਗੇ ਤੇ ਦੁਬਾਰਾ ਇਹ ਖੁੱਲ ਦਿੱਤੀ ਗਈ ਹੈ ਸੁਰੱਖਿਆ ਉਹਨਾਂ ਨੂੰ ਦਿੱਤੀ ਜਾਵੇਗੀ ਕਹਿਣਾ ਜੀ ਸਰਕਾਰ ਦਾ ਐਡਵਾਈਜ਼ਰੀ ਜਿਹੜੀ ਲਾਈ ਗਈ ਸੀ ਉਹ ਬੱਸ ਲੈ ਲੈਤੀ ਗਈ ਹੈ ਅੱਜ ਦਾ ਵਿਚਾਰ ਕੁਝ ਲੋਕਾਂ ਨੂੰ ਮੂੰਹ ਤੇ ਜਵਾਬ ਦੇਣ ਨਾਲੋਂ ਆਪਣੇ ਕੰਮ ਨਾਲ ਜਵਾਬ ਦਿਓ ਤਾਂ ਉਹ ਵਧੀਆ ਰਹਿੰਦਾ ਜੀ ਬਹੁਤ ਸਾਰੇ ਲੋਕ ਹਰ ਇੱਕ 'ਚ ਕਮੀਆਂ ਜਿਵੇਂ ਆਪਾਂ ਕੱਢਦੇ ਰਹਿੰਦੇ ਆ ਕਿ ਤਾਂ ਉਹਨਾਂ ਨੂੰ ਆਪਣੇ ਕੰਮ ਨਾਲ ਜਵਾਬ ਦਿਓ ਕਈ ਵਾਰ ਕੀ ਇਹ ਗੱਲਾਂ 'ਚ ਕੋਈ ਆਉਣ ਨਹੀਂ ਦਿੰਦਾ ਬਹੁਤ ਲੋਕ ਆ ਜਿਹੜੇ ਗੱਲ-ਗੱਲ ਤੇ ਕਮੀਆਂ ਕੱਢਦੇ ਰਹਿੰਦੇ ਤੇ ਗੱਲ ਨਹੀਂ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਆਪਣੇ ਕੰਮ ਨਾਲ ਜਵਾਬ ਦਿਓ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਜੀ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਫੇਸਬੁੱਕ WhatsApp ਗਰੁੱਪਾਂ 'ਚ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰੋ 500 ਤੋਂ ਉੱਪਰ ਆਪਣੇ ਚੈਨਲ 'ਤੇ ਵੀਡੀਓਸ ਹੋ ਚੁੱਕੀਆਂ ਨੇ ਤੇ ਜ਼ਰੂਰ ਤੁਸੀਂ ਇਹ ਕਰੋ ਧੰਨਵਾਦ ਜੀ